ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਦਾ ਬੀਨਿਟਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਆਸਾਨ ਡਿਜ਼ਾਈਨ ਇਹ ਡਿਜ਼ਾਈਨ ਆਪਾਂ ਪਹਿਣਾ ਦੇ ਕੋਟੀ ਸਵੈਟਰ ਜੈਂਟਸ ਸਵੈਟਰ ਬੱਚਿਆਂ ਦੇ ਸਵੈਟਰ ਹਰ ਇੱਕ ਤਰ੍ਹਾਂ ਦੇ ਕਾਰਡੀਗਨ ਦੇ ਉੱਪਰ ਅਪਲਾਈ ਕਰ ਸਕਦੇ ਆ ਪੰਜ-ਪੰਜ ਦੇ ਹਿਸਾਬ ਨਾਲ ਆਪਾਂ ਇਹ ਡਿਜ਼ਾਈਨ ਬਣਾਉਣ ਲਈ ਕੁੰਡੇ ਲੈਣੇ ਨੇ ਤੇ ਚਾਰ ਕੁੰਡੇ ਆਪਾਂ ਵੱਧ ਲੈ ਲਾਂਗੇ ਤੇ ਸਿਰਫ ਦੋ ਸਲਾਈ ਦਾ ਇਹ ਡਿਜ਼ਾਈਨ ਆ ਹੁਣ ਆਪਾਂ ਕਰਦੇ ਆਂ ਡਿਜ਼ਾਈਨ ਸ਼ੁਰੂ ਇਹ ਹੈਗੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਇਸ ਤਰ੍ਹਾਂ ਤੁਹਾਡੀ ਮਰਜ਼ੀ ਹੈ ਚਾਹੇ ਬੰਨ ਲੋ ਚਾਹੇ ਤਾਰ ਲੋ ਉਸ ਤੋਂ ਬਾਅਦ ਆਪਾਂ ਦੋ ਕੁੰਡੇ ਉਲਟੇ ਦੋ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਆਪਾਂ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਇੱਕ ਕੁੰਡਾ ਛੱਡ ਕੇ ਉਸ ਤੋਂ ਅਗਲੇ ਕੁੰਡੇ ਨੂੰ ਆਪਾਂ ਪਹਿਲਾਂ ਬੰਨਣਾ ਤੇ ਇਹਨੂੰ ਬਾਅਦ ਦੇ ਵਿੱਚ ਇਸ ਤਰ੍ਹਾਂ ਇਹੀ ਆਪਾਂ ਪੰਜ ਕੁੰਡਿਆਂ ਨੂੰ ਆਹ ਵਾਲੇ ਕੁੰਡੇ ਨੂੰ ਛੱਡ ਕੇ ਪੰਜ ਕੁੰਡਿਆਂ ਨੂੰ ਵਾਰ-ਵਾਰ ਰਿਪੀਟ ਕਰਾਂਗੇ ਫਿਰ ਆਪਣੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਛੱਡ ਕੇ ਇਹ ਤੋਂ ਆਪਾਂ ਪਿੱਛੇ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਪਹਿਲਾਂ ਬੁਣਨਾ ਤੇ ਇਹਨੂੰ ਬਾਅਦ ਦੇ ਵਿੱਚ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡੇ ਨੂੰ ਛੱਡ ਕੇ ਆ ਪਿਛਲੇ ਕੁੰਡੇ ਨੂੰ ਆਪਾਂ ਪਹਿਲਾਂ ਬਣਾਵਾਂਗੇ ਤੇ ਜਿਹੜਾ ਆਪਾਂ ਕੁੰਡਾ ਛੱਡਿਆ ਇਹਨੂੰ ਬਾਅਦ ਦੇ ਵਿੱਚ ਐਕਸਟਰਾ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਮੋੜ ਲਾਂਗੇ ਹੁਣ ਅਗੇ ਆਪਾਂ ਬੈਕ ਸਾਈਡ ਪਹਿਲਾ ਕੁੰਡਾ ਬਿਨਾ ਬੁਣੇ ਉਤਾਰ ਕੇ ਉਸ ਤੋਂ ਬਾਅਦ ਜਿਹੜੇ ਆਪਾਂ ਦੋ ਕੁੰਡੇ ਉਲਟੇ ਬਣਾਏ ਨੇ ਉਹ ਇੱਧਰ ਸਿੱਧੇ ਬਣ ਜਾਣਗੇ। ਫਿਰ ਧਾਗਾ ਆਪਣੇ ਵੱਲ ਕਰ ਲੈਣਾ। ਇੱਕ ਕੁੰਡਾ ਪਾ ਉਲਟਾ ਬੁਣਨਾ। ਫਿਰ ਆਪਾਂ ਆਹ ਵਾਲੇ ਕੁੰਡੇ ਨੂੰ ਛੱਡ ਕੇ ਜਿਹੜਾ ਆਪਾਂ ਸੈਂਟਰ 'ਚ ਕੁੰਡਾ ਹੁੰਦਾ ਇਹਨੂੰ ਛੱਡ ਕੇ ਆਹ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਬੁਣਨਾ। ਉਲਟਾ ਐਸਟਰਾ। ਤੇ ਇਹਨੂੰ ਬਾਅਦ ਦੇ ਵਿੱਚ ਐਸਟਰਾ। ਫਿਰ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਬੁਣਨਾ ਉਸ ਤੋਂ ਬਾਅਦ ਆਪਾਂ ਇੱਕ ਕੁੰਡਾ ਛੱਡ ਕੇ ਇਹ ਤੋਂ ਬਾਅਦ ਵਾਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਪਹਿਲਾਂ ਬੁਣਨਾ ਤੇ ਇਹਨੂੰ ਬਾਅਦ ਦੇ ਵਿੱਚ ਬਣਾਉਣੇ ਇਹ ਉਲਟੇ ਹੀ ਆ ਫਿਰ ਦੋ ਕੁੰਡੇ ਸਿੱਧੇ ਧੱਕ ਆਪਣੇ ਵੱਲ ਕਰਕੇ ਇੱਕ ਕੁੰਡਾ ਉਲਟਾ ਆ ਵਾਲਾ ਕੁੰਡਾ ਛੱਡ ਕੇ ਆਪਾਂ ਇੱਧਰ ਦੀ ਸਲਾਈ ਪਾ ਕੇ ਇਸ ਤਰ੍ਹਾਂ ਐਕਸਟਰਾ ਦੋ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਹੀ ਬੁਣਦੇ ਆਂਗੇ ਹੁਣ ਆ ਗਿਆ ਆਪਾਂ ਸਿੱਧੇ ਪਾਸੇ ਪਹਿਲਾ ਕੁੰਡਾ ਆਪਾਂ ਇਸ ਤਰ੍ਹਾਂ ਬਿਨਾ ਬੁਣੇ ਉਤਾਰ ਕੇ ਉਸ ਤੋਂ ਬਾਅਦ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰ ਲੈਣਾ ਉਸੇ ਤਰ੍ਹਾਂ ਹੀ ਬੁਣਨਾ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਇੱਕ ਕੁੰਡਾ ਸਿੱਧਾ ਫੇਰ ਆ ਸੈਂਟਰ ਵਾਲਾ ਕੁੰਡਾ ਛੱਡ ਕੇ ਉਸ ਤੋਂ ਬਾਅਦ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਬੁਣਨਾ ਤੇ ਇਹਨੂੰ ਬਾਅਦ ਦੇ ਵਿੱਚ ਇਸ ਤਰ੍ਹਾਂ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫੇਰ ਉਸ ਤੋਂ ਬਾਅਦ ਇੱਕ ਕੁੰਡਾ ਛੱਡ ਕੇ ਇਹ ਤੋਂ ਪਿਛਲੇ ਕੁੰਡੇ ਨੂੰ ਆਪਾਂ ਪਹਿਲਾਂ ਬਣਾਉਣਾ ਤੇ ਇਹਨੂੰ ਬਾਅਦ ਦੇ ਵਿੱਚ ਬਹੁਤ ਹੀ ਆਸਾਨ ਡਿਜ਼ਾਈਨ ਬਣਾਉਣਾ ਬਹੁਤ ਸੌਖਾ ਹੈ ਜੈਂਸ ਸਵੈਟਰ ਦੇ ਉੱਪਰ ਬਣਿਆ ਤਾਂ ਬਹੁਤ ਹੀ ਸੋਹਣਾ ਲੱਗੂਗਾ ਬੈਕ ਸਾਈਡ ਆਗੇ ਬੈਕ ਸਾਈਡ ਦੀ ਸਲਾਈ ਆਪਾਂ ਫੇਰ ਉਸੇ ਤਰ੍ਹਾਂ ਹੀ ਪਾਉਣੀ ਆ ਪਹਿਲਾ ਕੁੰਡਾ ਬਿਨਾ ਬੁਨੇ ਉਤਾਰ ਕੇ ਦੋ ਕੁੰਡੇ ਸਿੱਧੇ ਤੱਗ ਆਪਣੇ ਵੱਲ ਕਰ ਲੈਣਾ ਇੱਕ ਕੁੰਡਾ ਉਲਟਾ ਫੇਰਾ ਵਿਚਕਾਰਲੇ ਕੁੰਡੇ ਨੂੰ ਆਪਾਂ ਛੱਡ ਕੇ ਇਹ ਤੋਂ ਪਿਛਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਉਲਟਾ ਬੁਣਨਾ ਤੇ ਇਹਨੂੰ ਬਾਅਦ ਦੇ ਵਿੱਚ ਫੇਰ ਦੋ ਕੁੰਡੇ ਸਿੱਧੇ

ਤੇ ਇਹ ਡਿਜ਼ਾਈਨ ਦੇਖੋ ਆਪਣਾ ਇਸ ਤਰ੍ਹਾਂ ਬਣੂਗਾ ਸਿਰਫ ਦੋ ਸਲਾਈ ਦਾ ਇਹ ਡਿਜ਼ਾਈਨ ਆ ਆਪਣਾ ਦੋ ਸਲਾਈਆਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਬਣਾਉਣਾ ਬਹੁਤ ਹੀ ਆਸਾਨ ਆ ਹਰ ਕੋਈ ਇਹਨੂੰ ਆਸਾਨੀ ਨਾਲ ਬਣਾ ਸਕਦਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਉਸ ਤੋਂ ਬਾਅਦ ਆਪਾਂ ਸੈਂਟਰ ਵਾਲੇ ਕੁੰਡੇ ਨੂੰ ਛੱਡ ਕੇ ਇਸ ਤੋਂ ਪਿਛਲੇ ਕੁੰਡੇ ਨੂੰ ਪਹਿਲਾਂ ਬਣਾਉਣਾ ਤੇ ਇਹਨੂੰ ਬਾਅਦ ਦੇ ਵਿੱਚ ਇਹੀ ਆਪਣਾ ਇਨਾਕ ਡਿਜ਼ਾਈਨ ਤੁਹਾਨੂੰ ਜ਼ਰੂਰ ਪਸੰਦ ਆਊਗਾ ਬੈਕ ਸਾਈਡ ਦੀ ਸਲਾਈ ਆਪਾਂ ਫੇਰ ਉਸੇ ਤਰ੍ਹਾਂ ਪਾ ਲੈਣੀ ਆ ਪਹਿਲਾ ਗੁੰਡਾ ਬਿਨਾ ਬੁਣੇ ਤਾਰ ਕੇ ਧਾਗਾ ਪਿੱਛੇ ਕਰਕੇ ਦੋ ਗੁੰਡੇ ਸਿੱਧੇ ਇੱਕ ਗੁੰਡਾ ਉਲਟਾ ਆਵਾਲੇ ਗੁੰਡੇ ਨੂੰ ਛੱਡ ਕੇ ਤੋਂ ਪਿਛਲੇ ਗੁੰਡੇ ਨੂੰ ਆਪਾਂ ਪਹਿਲਾਂ ਬੁਣਨਾ ਤੇ ਇਹਨੂੰ ਬਾਅਦ ਦੇ ਵਿੱਚ ਤੇ ਦੇਖੋ ਇਹ ਡਿਜ਼ਾਈਨ ਆਪਣਾ ਅੱਗੇ ਦੀ ਅਗੇ ਇਸ ਤਰ੍ਹਾਂ ਬਣਾਉਂਗਾ ਬਹੁਤ ਹੀ ਉਬਰਮਾ ਡਿਜ਼ਾਈਨ ਆ ਇਹੀ ਆਪਾਂ ਦੋ ਸਲਾਈਂਆਂ ਨੂੰ ਵਾਰ-ਵਾਰ ਰਿਪੀਟ ਕਰਨਾਗਾ ਤੇ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਬਣਦਾਗਾ ਉਮੀਦ ਆ ਤੁਸੀਂ ਜ਼ਰੂਰ ਪਸੰਦ ਕਰੋਗੇ ਜੇਕਰ ਤੁਹਾਨੂੰ ਡਿਜ਼ਾਈਨ ਵਧੀਆ ਲੱਗਿਆ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਲੋ ਜੀ ਮਿਲਦੇ ਹਾਂ ਇੱਕ ਨਵੇਂ ਤੇ ਸੌਖੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ